ਜਿਹੜੇ 15 ਚੰਗੇ ਨੰਬਰ ਲੈ ਕੇ ਪਾਸ ਨਹੀਂ ਹੋਏ ਉਹਨਾਂ ਨੇ ਤੁਹਾਡੀ ਗੱਲ ਵੱਲ ਤਵੱਜੋ ਨਹੀਂ ਦਿੱਤਾ, ਧਿਆਨ ਨਹੀਂ ਦਿੱਤਾ, ਹਾਜ਼ਰੀ ਤਾਂ ਲਾਉਂਦੇ ਰਹੇ ਰੋਜ਼ ਆ ਕੇ, ਪਰ ਚੰਗੇ ਨਾ ਨੰਬਰ ਲੈਣ ਦਾ ਕਾਰਨ ਇਹ ਵੀ ਉਹਨਾਂ ਦੀ ਇਕਾਗਰਤਾ ਨਹੀਂ ਬਣੀ, ਉਹਨਾਂ ਨੇ ਤੁਹਾਡੀ ਗੱਲ ਨੂੰ ਧਿਆਨ ਨਾਲ ਹੀ ਸੁਣਿਆ। ਜਿਹੜਾ ਤੁਸੀਂ ਲੈਸਨ ਦਿੰਦੇ ਸੀ ਉਹਨਾਂ ਵਿਚਾਰਿਆ ਨਹੀਂ, ਇਹ ਸੀ ਵਿਸਾਰ ਵਿਚਾਰਦੇ ਰਹੇ, ਸਾਡੇ ਚੰਗੇ ਨੰਬਰ ਆ ਗਏ। ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਆ ਕੇ ਵੀ ਜੇ ਚੰਗੇ ਨੰਬਰ ਲੈਣੇ ਨਾ, ਤੇ ਫਿਰ ਆਪਣੇ ਖਿਆਲਾਂ ਦੀ ਇਕਾਗਰਤਾ ਬਣਾਉਣੀ ਬੜੀ ਲਾਜ਼ਮੀ। ਸਟੇਜ ਉੱਤੋਂ ਜੋ ਪ੍ਰਚਾਰਿਆ ਜਾਂਦਾ ਹੈ ਉਹਨੂੰ ਧਿਆਨ ਨਾਲ ਤਵੱਜੋ ਦੇ ਕੇ ਸਰਨ ਕਰੋ। ਅਸੀਂ ਦੀਵਾਨ ਦੀ ਹਾਜ਼ਰੀ ਭਰ ਕੇ ਜਾਂਦੇ, ਸਾਡੇ 'ਤੇ ਕੋਈ ਸਵਾਲ ਕਰ ਦੇਵੇ, ਜਿਹੜਾ ਇਤਿਹਾਸ ਢਾਡੀ ਸਿੰਘਾਂ ਨੇ ਗਾਇਆ ਉਹ ਕਿਸ ਮਹਾਂਪੁਰਸ਼ ਨਾਲ ਰਿਲੇਟਡ ਸੀ, ਕਿਹਦੇ ਨਾਲ ਸੰਬੰਧ ਰੱਖਦਾ ਸੀ, ਸਾਡੇ ਕੋਲ ਕੋਈ ਜਵਾਬ ਨਹੀਂ ਹੋਏਗਾ ਜਦੋਂ ਅਸੀਂ ਧਿਆਨ ਨਹੀਂ ਦੇਵਾਂਗੇ। ਜੇ ਧਿਆਨ ਦੇਵਾਂਗੇ ਤਾਂ ਇਹਨਾਂ ਵਿੱਚ ਸਾਰਾ ਹੀ ਉਹਨੂੰ ਸਵਾਲ ਕਰਨ ਵਾਲੇ ਨੂੰ ਸੁਣਾ ਦਿੱਤਾ ਜਾਵੇਗਾ। ਇਸ ਕਰਕੇ ਜਦੋਂ ਵੀ ਮਹਾਰਾਜ ਦੀ ਹਾਜ਼ਰੀ 'ਚ ਬੈਠੋ, ਗੁਰੂ ਦੇ ਦਰ 'ਤੇ ਉਹੀ ਪ੍ਰਵਾਨ ਚੜ੍ਹਦਾ ਹੈ ਜਿਹੜਾ ਗੁਰੂ ਨੂੰ ਹਾਜ਼ਰ ਨਾਦਰ ਸਮਝਦਾ ਹੈ, ਅਤੇ ਜਿਹੜਾ ਗੁਰੂ ਦੀ ਹਾਜ਼ਰੀ ਵਿੱਚ ਵੀ ਵਿਚਾਰਾਂ ਕਰਦਾ ਹੈ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਚੜ੍ਹਦਾ। ਇਹ ਜ਼ਰੂਰੀ ਤਾਕੀਦ ਹੈ ਆਪ ਜੀ ਨੂੰ, ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਬਣਦੀ ਇਕਾਗਰਤਾ ਬਣਾਉਣੀ ਬੜੀ ਲਾਜ਼ਮੀ। ਤੋ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਆਪਾਂ ਜ਼ਿਕਰ ਕੀਤਾ ਸੀ, ਹੀਰਾ ਸਿੰਘ ਦੇ ਭੇਜੇ ਹੋਏ ਦੋ ਵਕੀਲ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਡੇਰੇ ਵਿੱਚ ਜਾ ਪਹੁੰਚੇ। ਦਰਿਆ ਸਤਲੁਜ ਦਾ ਪਹਾੜ ਦਾ ਪਾਸਾ ਜਿੱਥੇ ਬਾਬਾ ਜੀ ਦੇ ਨਰੰਗਾਬਾਦ ਦੇ ਡੇਰੇ ਵਿੱਚ ਦੁੱਧ ਜਾਣ ਵਾਲੀਆਂ ਮੱਝਾਂ ਅਤੇ ਗਾਵਾਂ ਦਾ, ਉੱਥੇ ਬਾਬਾ ਜੀ ਨੇ ਇੱਕ ਵੱਖਰਾ ਛੱਪਰ ਬਣਾਇਆ ਸੀ। ਬਰਸਾਤ ਦੇ ਦਿਨਾਂ ਵਿੱਚ ਬਾਬਾ ਜੀ ਅਕਸਰ ਉੱਥੇ ਚਲੇ ਜਾਇਆ ਕਰਦੇ ਸਨ। ਤੋ ਬਾਬਾ ਵੀਰ ਸਿੰਘ ਜੀ ਆਪਣੇ ਡੇਰੇ ਵਿੱਚ ਮੌਜੂਦ ਨੇ, ਸਰਦਾਰ ਅਦਰ ਸਿੰਘ ਸੰਧਾ ਵਾਲੀਆ ਵੀ ਉੱਥੇ ਆ ਗਿਆ, ਔਰ ਕਮਰ ਕਸ਼ਮੀਰਾ ਸਿੰਘ ਜੀ, ਕੁਝ ਹੋਰ ਵੀ ਸਿੱਖ ਸੰਤਾਂ ਨੇ। ਹੀਰਾ ਸਿੰਘ ਦੇ ਭੇਜੇ ਹੋਏ ਵਕੀਲ ਬਾਗ ਸਿੰਘ ਮੁੜੀ ਤੇ ਗੁਲਾਬ ਸਿੰਘ ਕਲਕੱਤੀਆ ਬਾਬਾ ਜੀ ਨੂੰ ਮਿਲੇ, ਆਖਿਆ ਲਾਹੌਰ ਦਰਬਾਰ ਵੱਲੋਂ ਆਏ ਹਨ, ਸਰਕਾਰ ਦੇ ਬਾਗੀ ਤੁਹਾਡੇ ਡੇਰੇ ਵਿੱਚ ਨੇ, ਬਾਬਾ ਜੀ ਸਾਡੇ ਹਵਾਲੇ ਕਰ ਦਿਓ, ਉਹਨਾਂ ਦੀਆਂ ਮੁਸ਼ਕਾਂ ਬੰਨ ਕੇ ਲਾਹੌਰ ਦਰਬਾਰ ਪੇਸ਼ ਕੀਤਾ ਜਾਣਾ ਹੈ, ਅਗਰ ਜੇ ਆਪ ਜੀ ਨੇ ਨਾ ਪੇਸ਼ ਕੀਤਾ ਤਾਂ ਯਾਦ ਰੱਖਣਾ ਡੇਰਿਆਂ ਨੂੰ ਉਦਾਲੇ ਫੌਜਾਂ ਨੇ ਪਾਇਆ ਹੋਇਆ ਘੇਰਾ, ਤੇ ਤੋਪਾਂ ਦੇ ਗੋਲੇ ਡਿੱਗਣਗੇ, ਸਰਕਾਰ ਵੱਲੋਂ ਹੁਕਮ ਹੈ ਵੀ ਸੰਤ ਦਾ ਲਿਹਾਜ਼ ਨਹੀਂ ਕਰਨਾ, ਤੁਹਾਡੀ ਵੀ ਜ਼ਿੰਦਗੀ ਜਾਂਦੀ ਰਹੇਗੀ, ਹੋਰ ਵੀ ਜਾਣਾ ਚਾਹੀਦਾ। ਤੋ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਜਵਾਬ ਵਿੱਚ ਆਖਿਆ, ਇਹ ਡੇਰਾ ਵੀਰ ਸਿੰਘ ਦਾ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ। ਵੀਰ ਸਿੰਘ ਦੀ ਜ਼ਰੂਰਤ ਨਹੀਂ ਵੀ ਗੁਰੂ ਨਾਨਕ ਦੇ ਘਰ ਵਿੱਚੋਂ ਕਿਸੇ ਨੂੰ ਬਾਹੋਂ ਫੜ ਕੇ ਜਾਂ ਆਵਾਜ਼ ਦੇ ਕੇ ਉਠਾ ਕੇ ਤੁਹਾਡੇ ਹਵਾਲੇ ਕਰ ਦਿੱਤਾ ਜਾਵੇ। ਮੈਂ ਤਾਂ ਇਹਦਾ ਆਦਮਾ ਜਾਂ ਸੇਵਾਦਾਰ ਹਾਂ, ਮੈਂ ਕਿਸੇ ਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦਾ, ਅਤੇ ਨਾਲੇ ਜਿਹਨਾਂ ਨੂੰ ਬਾਗੀ ਆਖਦੇ ਹੋ ਉਹ ਤਾਂ ਖਾਲਸਾ ਰਾਜ ਦੇ ਹਮਾਇਤੀ ਨੇ, ਜਿਨ੍ਹਾਂ ਦੇ ਆਖੇ ਲਾ ਕੇ ਤੁਸੀਂ ਆਏ, ਤੁਹਾਡੀਆਂ ਅੱਖਾਂ ਉੱਤੇ ਲਾਲਚ ਦੀ ਪੱਟੀ ਬੱਧੀ ਹੋਈ, ਉਹ ਖਾਲਸਾ ਰਾਜ ਦੇ ਬਾਗੀ ਨੇ ਅਤੇ ਖਾਲਸਾ ਰਾਜ ਨੂੰ ਤਬਾਹ ਕਰਨਾ ਚਾਹੁੰਦੇ। ਰਹੀ ਗੱਲ ਇਹਨਾਂ ਨੂੰ ਹਵਾਲੇ ਕਰਨ ਦੀ, ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਗੁਰੂ ਨਾਨਕ ਦਾ ਸਿੱਖ ਇੱਕ ਵਾਰੀ ਜਿਹਦੀ ਬਾਂਹ ਫੜ ਲੈਂਦਾ ਹੈ ਆਪਣੀ ਜ਼ਿੰਦਗੀ ਦੀ ਬਾਜ਼ੀ ਤੇ ਲਾ ਦਿੰਦਾ ਹੈ, ਪਰ ਸ਼ਰਨ ਆਇਆ ਨੂੰ ਕਿਸੇ ਗੈਰਾਂ ਦੇ ਹਵਾਲੇ ਨਹੀਂ ਕਰਦਾ। ਬਾਹੇ ਜਿਹਨਾਂ ਦੀ ਪਕੜੀਆ ਸਿਰ ਦੀਜੇ ਬਾਹੇ ਨਸ਼ੋਏ। ਜੇ ਤੁਸੀਂ ਇਹਨਾਂ ਨੂੰ ਜਬਰੀ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਤਾਂ ਯਾਦ ਰੱਖਿਓ ਵੀਰ ਸਿੰਘ ਪਹਿਲਾਂ ਆਪਣੀ ਕੁਰਬਾਨੀ ਲਵੇਗਾ ਤੇ ਫਿਰ ਇਹ ਤੁਹਾਡੇ ਹਵਾਲੇ ਹੋਣਗੇ। ਜਦੋਂ ਇਹ ਗੱਲ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਕਹੀ, ਉਹਨਾਂ ਨੇ ਕਿਲੇ ਵਿੱਚ ਆ ਕੇ ਆਖਿਆ, ਸਾਧ ਇਸ ਤਰ੍ਹਾਂ ਮੰਨਣ ਵਾਲਾ ਨਹੀਂ, ਇਹ ਗੋਲੀਆਂ ਦੀ ਪਛਾੜ ਨਾਲ ਮਾਰਿਆ ਜਾਵੇਗਾ, ਡੇਰਾ ਤਹਿਸ ਨਹਿਸ ਕਰ ਦਿੱਤਾ ਜਾਵੇਗਾ। ਲਾਹੌਰ ਦਰਬਾਰ ਵੱਲੋਂ ਸਾਨੂੰ ਹੁਕਮ ਹੋਇਆ, ਹੀਰਾ ਸਿੰਘ ਦੀਆਂ ਭੇਜੀਆਂ ਹੋਈਆਂ ਫੌਜਾਂ ਆਈਆਂ ਨੇ, ਉਦਾਲੇ ਉਹ ਘੇਰਾ ਪਾਇਆ ਹੋਇਆ ਤੇ ਤੋਪਾਂ ਦੀਆਂ ਬੈਰਲਾਂ ਡੇਰੇ ਵਾਲੇ ਨੇ, ਤੁਹਾਡਾ ਲਿਹਾਜ਼ ਨਹੀਂ ਹੋਵੇਗਾ। ਇੱਕ ਸੰਤ ਦੇ ਅੰਦਰੋਂ ਸਤਾਹਗਰੀ ਜਾਗ ਪਈ। ਤੁਸੀਂ ਅਕਸਰ ਸੰਤਾਂ ਨੂੰ ਵੇਖਿਆ ਹੋਵੇਗਾ, ਸੰਤ ਬੰਦਗੀ ਤਾਂ ਕਰ ਸਕਦੇ, ਕੁਰਬਾਨੀ ਨਹੀਂ ਕਰਦੇ। ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਸੰਤ ਸਿਪਾਹੀ ਬਣਾਇਆ, ਉਹ ਮਾਲਾ ਫੇਰਦਾ ਫਿਰਦਾ ਕਿਸੇ ਗਰੀਬ ਦੇ ਜ਼ੁਲਮ ਦਾ ਵੇਖਦਾ ਉਹਦਾ ਹੱਥ ਤਲਵਾਰ ਦੇ ਮੁੱਠੇ ਦੇ ਚਲਾ ਜਾਣਾ ਚਾਹੀਦਾ। ਮਹਾਰਾਜ ਨੇ ਆਪਣੇ ਸਿੱਖ ਨੂੰ ਕੇਵਲ ਸੰਤ ਨਹੀਂ ਸਿਪਾਹੀ ਵੀ ਬਣਾਇਆ, ਅਗਰ ਜੇ ਉਹ ਜੰਗ ਵਿੱਚ ਨਹੀਂ ਉਹਦੇ ਹੱਥ ਵਿੱਚ ਮਾਲਾ ਦੇ ਚਲਦੇ ਮੜਕੇ ਵੇਖੇ ਜਾ ਸਕਦੇ, ਜੇ ਉਹ ਮੈਦਾਨੇ ਦੇ ਵਿੱਚ ਉਹਦਾ ਹੱਥ ਤਲਵਾਰ ਦੇ ਮੁੱਠੇ ਦੇ ਵੇਖਿਆ ਜਾ ਸਕਦਾ ਹੈ। ਇਕੱਲਾ ਸੰਤ ਵੀ ਕਾਮਯਾਬ ਨਹੀਂ, ਇਕੱਲਾ ਸਿਪਾਹੀ ਵੀ ਕਾਮਯਾਬ ਨਹੀਂ। ਤੋ ਸਾਹਿਬ ਗੁਰੂ ਹਰਮਿੰਦਰ ਸਾਹਿਬ ਮਹਾਰਾਜ ਦੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖ ਨੂੰ ਸੰਤ ਵੀ ਬਣਾਇਆ ਔਰ ਸਿਪਾਹੀ ਵੀ ਬਣਾਇਆ। ਪਹਿਲੇ ਸ਼ਬਦਾਂ ਵਿੱਚ ਬਾਬਾ ਵੀਰ ਸਿੰਘ ਸਾਹਿਬ ਜੀ ਇੱਕ ਸੰਤ ਦੇ ਰੂਪੇ ਸਨ, ਪਰ ਜਦੋਂ ਆਏ ਹੋਏ ਬਾਗ ਸਿੰਘ ਕੁੜੀ ਦੇ ਗੁਲਾਬ ਸਿੰਘ ਕਲਕੱਤੀਏ ਨੇ ਫੌਜਾਂ ਦਾ ਡਰਾਵਾ ਦਿੱਤਾ ਵੀ ਤੋਪਾਂ ਦੀਆਂ ਬੈਰਲਾਂ ਡੇਰੇ ਵਾਲੇ ਕਰਕੇ ਡੇਰਾ ਬਰਬਾਦ ਕਰ ਦਿੱਤਾ ਜਾਵੇਗਾ, ਇੱਕ ਸੰਤ ਦੇ ਅੰਦਰੋਂ ਸਿਪਾਹੀਗਰੀ ਜਾਗ ਪਈ। ਸੰਤ ਉੱਠ ਕੇ ਖਲੋਤਾ, ਰਾਕੇ ਢਾਕਾਂ ਦੇ ਹੱਥ ਸਰਕਾਰ ਦੇ ਆਏ ਵਕੀਲਾਂ ਨੂੰ ਮੁਖਾਤਬ ਹੋ ਕੇ ਆਪਣੀ ਪਾਵਨ ਰਸਨਾ ਦੇ ਆਖੇ। Thank you.
ਉਹਦੀ ਫਿਤਰਤ ਹੈ, ਇਹ ਬਾਣੀ ਪੜ੍ਹਦਾ ਵੀ ਹੈ ਤੇ ਸੁਣਦਾ ਵੀ ਹੈ। ਮਨੁੱਖ ਬਾਣੀ ਪੜ੍ਹਦਾ ਵੀ ਹੈ, ਬਾਣੀ ਸੁਣਦਾ ਵੀ ਹੈ, ਪਰ ਬਾਣੀ 'ਤੇ ਅਮਲ ਨਹੀਂ ਕਰਦਾ। ਜਿੰਨਾ ਚਿਰ ਮਨੁੱਖ ਬਾਣੀ 'ਤੇ ਅਮਲ ਨਹੀਂ ਕਰੇਗਾ, ਉਹਨਾਂ ਚਿਰ ਜੀਵਨ ਯਾਦ ਨਹੀਂ ਆਵੇਗਾ। ਜਦੋਂ ਮਨੁੱਖ ਬਾਣੀ ਦੇ ਸ਼ਬਦ 'ਤੇ ਅਮਲ ਕਰ ਲਵੇਗਾ, ਮਹਾਰਾਜ ਕਹਿੰਦੇ ਅਮਲ ਕਰਨ ਵਾਲਿਆਂ ਵਾਸਤੇ ਪਰਮਾਰਥ ਦਾ ਪਿੰਡਾ ਬੜਾ ਸੁਖਾਲਾ ਹੋ ਜਾਂਦਾ ਤੇ ਜੀਵਨ ਵੱਲੋਂ ਨਰੋਹ ਪੈਦਾ ਹੋ ਜਾਂਦਾ। ਉਹ ਧਰਮ ਦੀ ਵਤਨ ਦੀ ਖਾਤਰ ਆਪਣੀ ਜ਼ਿੰਦਗੀ ਦੀ ਬਾਜ਼ੀ ਲਾਉਣ ਵਾਸਤੇ ਤਿਆਰ ਹੋ ਜਾਂਦਾ। ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜ਼ਿਕਰ ਕਰਦੀ ਹੈ ਵੀ ਜਿਹਨੇ ਇੱਕ ਸ਼ਬਦ ਵੀ ਆਪਣੇ ਹਿਰਦੇ ਵਿੱਚ ਵਸਾ ਲਿਆ, ਜਿਹਨੇ ਸ਼ਬਦ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਨੂੰ ਉਸਤੇ ਢਾਲਣਾ ਸ਼ੁਰੂ ਕਰ ਦਿੱਤਾ, ਉਹ ਦੁਨੀਆਂ ਦਾ ਮੰਜ਼ਲੇ ਮਕਸੂਦ ਬਣ ਗਿਆ। ਮਹਾਰਾਜ ਆਪਣੀ ਪਵਿੱਤਰ ਬਾਣੀ ਜ਼ਿਕਰ ਕਰਦੇ ਨੇ, ਇੱਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ, ਬਹੁਤ ਜਨਮਣਾ। ਬਸ ਇੱਕ ਸ਼ਬਦ ਨੂੰ ਮਨੁੱਖ ਆਪਣਾ ਆਧਾਰ ਬਣਾ ਲਵੇ, ਜ਼ਿੰਦਗੀ ਸਫਲ ਹੋ ਜਾਂਦੀ। ਪਰ ਬਾਣੀ ਰੋਜ਼ ਲੱਖਾਂ ਦੀ ਤਾਦਾਦ ਵਿੱਚ ਲੋਕ ਗਾਉਂਦੇ ਨੇ, ਬਾਣੀ ਸੁਣਦੇ ਵੀ। ਅਮਲ ਤੋਂ ਬਿਨਾਂ ਕਹਾਣੀ ਨਿਪਰੇ ਨਹੀਂ ਚੜੇਗੀ। ਜਿਹਨਾਂ ਲੋਕਾਂ ਨੇ ਬਾਣੀ ਨੂੰ ਆਧਾਰ ਬਣਾ ਕੇ ਆਪਣੇ ਅਮਲ ਵਿੱਚ ਲੈ ਆਂਦਾ, ਮੈਂ ਇੱਕ ਹੋਰ ਛੋਟਾ ਜਿਹਾ ਪ੍ਰਮਾਣ ਦੇਵਾਂ। ਸੜਕ 'ਤੇ ਲੱਗਾ ਹੋਇਆ ਮੀਰ ਪੱਥਰ ਮੁਸਾਫ਼ਰ ਨੂੰ ਮੰਜ਼ਿਲ ਦੱਸਦਾ ਹੈ, ਤੁਰਦਾ ਨਹੀਂ। ਸੜਕ 'ਤੇ ਲੱਗਾ ਹੋਇਆ ਮੀਰ ਪੱਥਰ, ਜਿਹੜਾ ਮਨੁੱਖ ਕਿਸੇ ਮੰਜ਼ਿਲ 'ਤੇ ਜਾਣਾ ਚਾਹੁੰਦਾ ਉਹਨੂੰ ਪੜ੍ਹ ਕੇ ਆਪਣੀ ਮੰਜ਼ਿਲ ਵੱਲੇ ਵੱਧ ਤਾਂ ਸਕਦਾ ਹੈ, ਪਰ ਮੀਰ ਪੱਥਰ ਤੁਰ ਕੇ ਨਹੀਂ ਦੱਸਣ ਲਈ ਜਾਂਦਾ ਵੀ ਆਪ ਸ਼ਹਿਰ ਕਿੱਥੇ ਕਿ ਦੇ ਚੱਲਣਾ ਰਾਹੀ ਨੂੰ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੱਸਦੀ ਹੈ ਬੰਦੇ ਨੇ ਕਰਨਾ ਕੀ ਹੈ ਅਤੇ ਚੱਲਣਾ ਬੰਦੇ ਨੂੰ ਪਵੇਗਾ। ਔਰ ਜਦੋਂ ਬੰਦਾ ਚੱਲੇਗਾ ਆਪਣੀ ਮੰਜ਼ਿਲ 'ਤੇ ਪਹੁੰਚ ਜਾਵੇਗਾ, ਅਤੇ ਜਿਹੜੇ ਚੱਲਦੇ ਨੇ ਉਹ ਮੰਜ਼ਿਲ 'ਤੇ ਪਹੁੰਚ ਜਾਂਦੇ ਨੇ, ਜਿਹੜੇ ਪਹੁੰਚ ਜਾਂਦੇ ਨੇ ਉਹ ਮੌਤ ਤੋਂ ਬੇਖੌਫ ਹੋ ਜਾਂਦੇ, ਉਹਨਾਂ ਦੇ ਹਿਰਦੇ ਵਿੱਚ ਮੌਤ ਨਹੀਂ ਹੁੰਦੀ। ਉਹਨੂੰ ਬਾਬਾ ਨਾਨਕ ਆਵਾਜ਼ ਮਾਰ ਕੇ ਕਹਿੰਦਾ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਜੀਵਨ ਦੀ ਆਸਾ ਗਵਾ ਦਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚੋਂ ਭੁਲੇਖਾ ਖਤਮ ਹੋ ਜਾਂਦਾ ਹੈ। ਉਹ ਸਮਝ ਲੈਂਦੇ ਨੇ ਵੀ ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਜਿਹੜਾ ਸੰਸਾਰ 'ਤੇ ਪੈਦਾ ਹੋਇਆ ਉਹਨੇ ਮਰਨਾ ਹੈ। ਅਸੀਂ ਬਾਕੀ ਬਾਣੀ ਦੇ ਨਾਂ ਸੁਣੀ ਹੋਏਗੀ, ਭੋਗ ਦੇ ਸਲੋਕ ਤਾਂ ਸਰਣ ਕੀਤੇ ਨੇ ਨਾ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਕਹਿੰਦੇ ਨੇ, ਜੋ ਉਪਜੋ ਸੁ ਬਿਨਸ ਹੈ ਪਰੋ ਆਦਿ ਕਾ, ਜੋ ਉਪਜੋ ਸੁ, ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਨਾਸ਼ ਵੀ ਹੋਣਾ। ਇਸ ਕਰਕੇ ਮਨੁੱਖ ਦੀ ਫਿਤਰਤ ਹੈ ਸਮਝਦਾ ਵੀ ਮੈਂ ਪੈਦਾ ਹੋ ਗਿਆ, ਮੈਂ ਮਰਨਾ ਨਹੀਂ, ਪਰ ਪਤਾ ਨਹੀਂ ਮੌਤ ਨੇ ਕਿਹੜੇ ਵੇਲੇ ਆ ਗਈ। ਜਿਹੜਾ ਮਨੁੱਖ ਮੌਤ ਨੂੰ ਯਾਦ ਰੱਖਦਾ ਹੈ ਉਹ ਮੌਤ ਤੋਂ ਡਰਦਾ ਨਹੀਂ, ਮੌਤ ਨੂੰ ਗਲਵਾਕੜੀ ਪਾਉਣ ਵਾਸਤੇ ਆਪਣੀਆਂ ਬਾਹਾਂ ਫੈਲਾ ਕੇ ਰੱਖਦਾ, ਉਹ ਧਰਮ ਖੇਤਰ ਵਿੱਚ ਆਪਣੀ ਜ਼ਿੰਦਗੀ ਦੀ ਬਾਜ਼ੀ ਲਾਉਣ ਵਾਸਤੇ ਤਿਆਰ ਹੋ ਜਾਂਦਾ। ਬਾਬਾ ਵੀਰ ਸਿੰਘ ਸਾਹਿਬ ਦੀ ਬੰਦਗੀ ਕਰਦੇ ਕਰਦੇ ਪਰਮੇਸ਼ਰ ਦੇ ਇੰਨੇ ਨੇੜੇ ਹੋ ਚੁੱਕੇ ਸਨ, ਉਹਨਾਂ ਨੂੰ ਗਿਆਨ ਹੋ ਗਿਆ ਸੀ ਮੌਤ ਇੱਕ ਅਟਲ ਸਦਾਈ ਹੈ, ਅਤੇ ਜਿਹੜਾ ਬੰਦਾ ਕੁਦਰਤੀ ਮੌਤ ਮਰਦਾ ਹੈ ਉਹਦਾ ਤਾਂ ਵਰੀਨਾ ਵੀ ਕੋਈ ਨਹੀਂ ਮਨਾਉਣਾ, ਵਰੀਨਾ ਦੇ ਮਨਾ ਵੀ ਲਵੇ ਅਤੇ ਉਸ ਤੋਂ ਬਾਅਦ ਫਿਰ ਉਹਦੀ ਯਾਦ ਵਿਸਾਰ ਦਿੱਤੀ ਜਾਂਦੀ। ਜਿਹੜੇ ਪਰਿਵਾਰ ਲਈ, ਜਿਹੜੀ ਔਲਾਦ ਲਈ, ਜਿਹੜੇ ਘਰ ਲਈ, ਜਿਹੜੀ ਜਾਇਦਾਦ ਲਈ ਬੰਦਾ ਸਾਰੀ ਜ਼ਿੰਦਗੀ ਮਰਦਾ ਰਹਿੰਦਾ ਹੈ, ਵਰੀਨੇ ਤੋਂ ਬਾਅਦ ਉਹਦੀ ਯਾਦ ਖਤਮ ਹੋ ਜਾਂਦੀ ਉਸ ਪਰਿਵਾਰ ਵਿੱਚ। ਪਰ ਜਿਹੜਾ ਧਰਮ ਦੀ ਖਾਤਰ, ਕਿਸੇ ਦੀ ਖਾਤਰ ਆਪਾਂ ਕੁਰਬਾਨ ਕਰ ਦਿੰਦਾ, ਸੰਸਾਰ ਵਿੱਚ ਅਮਰ ਹੋ ਜਾਂਦਾ। ਬਾਬਾ ਵੀਰ ਸਿੰਘ ਸਾਹਿਬ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਉਹਨਾਂ ਨੇ ਵਿਚਾਰਿਆ ਸ਼ਹਾਦਤ ਦਾ ਕੁੰਭ ਰੰਨਿਆ ਜਾ ਰਿਹਾ ਸਾਡੇ ਆਪਣਿਆਂ ਵੱਲੋਂ, ਅਤੇ ਜਿਹਨਾਂ ਦੀ ਬਾਂਹ ਫੜੀ ਉਹਨਾਂ ਦੀ ਖਾਤਰ ਕੁਰਬਾਨੀ ਦੇ ਦੇਵਾਂਗੇ, ਸੰਸਾਰ ਵਿੱਚ ਅਮਰ ਹੋ ਜਾਵਾਂਗੇ। ਆਏ ਹੋਏ ਸਰਦਾਰਾਂ ਨੂੰ ਮੁਖਾਤਬ ਹੋ ਕੇ ਬਾਬਾ ਵੀਰ ਸਿੰਘ ਸਾਹਿਬ ਜੀ ਕਹਿਣ ਲੱਗੇ, ਔਰ ਜਿਹਨਾਂ ਡੋਗਰਿਆਂ ਦੇ ਆਖੇ ਲੱਗ ਕੇ ਸਿੱਖ ਹੋਣ ਵਾਲੇ ਹੋ, ਫੌਜਾਂ ਲੈ ਕੇ ਇੱਕ ਸੰਤ ਦੇ ਡੇਰੇ 'ਤੇ ਹਮਲਾਵਰ ਬਣ ਕੇ ਆਇਓ, ਤੁਹਾਨੂੰ ਲਾਹੌਰ ਤੋਂ ਚੱਲਣ ਤੋਂ ਪਹਿਲਾਂ ਸ਼ਰਮ ਨਾ ਆਈ? ਇੱਕ ਸਾਧ ਦੇ ਡੇਰੇ ਉੱਤੇ ਡੋਗਰਿਆਂ ਦੇ ਆਖੇ ਲੱਗ ਕੇ ਤੋਪਾਂ ਲੈ ਕੇ ਅਤੇ ਫੌਜਾਂ ਲੈ ਕੇ ਚੜ੍ਹਾਈ ਕਰ ਗਿਆ, ਜਿਹਨਾਂ ਨੂੰ ਬਾਗੀ ਆਖ ਰਿਹਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਲੀੜਦੇ ਨੇ, ਲਹੂ ਦੀ ਸਾਂਝ ਵਾਲੇ। ਇਹ ਤਾਂ ਖਾਲਸਾ ਰਾਜ ਦੀ ਬਹਾਲੀ ਲਈ ਆਪਣੀ ਜ਼ਿੰਦਗੀ ਦਾ ਖੂਨ ਡੋਲਣ ਵਾਸਤੇ ਤਿਆਰ ਨੇ, ਬਦਕਾਰੋ ਤੁਹਾਡੀਆਂ ਅੱਖਾਂ ਉੱਤੇ ਲਾਲਚ ਦੀ ਪੱਟੀ ਬੰਦੀ ਹੋਈ ਹੈ, ਤੁਸੀਂ ਗੈਰਾਂ ਦੇ ਆਖੇ ਲਾ ਕੇ ਇਹ ਕੁਝ ਕੀਤਾ, ਕੇਵਲ ਉਦੋਂ ਨਹੀਂ ਅੱਜ ਵੀ ਇਹੀ ਕੁਝ ਹੋ ਰਿਹਾ। ਲਾਲਚ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਪਮਾਨ ਕੀਤਾ ਜਾਂਦਾ। ਜੇ ਮਨੁੱਖ ਸੰਸਾਰ ਵਿੱਚ ਜਿਉਂਦਾ ਹੈ ਤੇ ਸਿੱਖੀ ਕਾਇਮ ਹੈ ਤੇ ਗੁਰੂ ਦਾ ਕਰਕੇ, ਜਿਹਨਾਂ ਦੇ ਗੁਰੂ ਸੰਸਾਰ ਵਿੱਚ ਮੌਜੂਦ ਨਹੀਂ ਉਹਨਾਂ ਦਾ ਸੰਸਾਰ ਵਿੱਚ ਕੁਝ ਵੀ ਨਹੀਂ। ਉਹ ਇਸ ਤਰ੍ਹਾਂ ਸੰਸਾਰ ਵਿੱਚ ਆਉਂਦੇ ਨੇ ਜਿਵੇਂ ਕੋਈ ਵਣਜਾਰਾ ਹੀਰਿਆਂ ਦਾ ਵਣਜ ਕਰ ਲਈ ਆਇਆ ਹੋਵੇ ਤੇ ਕੱਖਾਂ ਤੇ ਕਾਨਿਆਂ ਦੀ ਪੰਡ ਬਣ ਕੇ ਸੰਸਾਰ ਤੋਂ ਚਲੇ ਜਾਵੇ, ਕੋਲੇ ਖਰੀਦ ਕੇ ਚਲੇ ਜਾਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਸਾਡਾ ਸੰਸਾਰ ਵਿੱਚ ਨਾਮ ਹੈ, ਪਰ ਜਦੋਂ ਲਾਲਚ ਹੋ ਜਾਂਦਾ ਹੈ ਆਪਣੇ ਗੁਰੂ ਨੂੰ
ਬੇਅਦਬੀ ਕਰਦੇ ਹਾਂ ਉਹਦੇ ਪੰਨੇ ਖਿਲਾਫ ਕੇ ਗਲੀਆਂ ਵਿੱਚ ਸੁੱਟਿਆ ਦੇ ਤੇ ਰਾਜ ਸਭਾ ਦੇ ਮਾਲਕ ਲੋਕ ਆਪਣੀਆਂ ਕੁਰਸੀਆਂ ਦੀ ਬਹਾਲੀ ਲਈ ਗੁਰੂ ਵਾਲੇ ਕੰਢ ਕਰ ਛੱਡਦੇ ਪਰ ਯਾਦ ਰੱਖਣਾ ਗੁਰੂ ਨਾਲ ਪਿਆਰ ਰੱਖਣ ਵਾਲੇ ਉਹਨਾਂ ਦੇ ਹਿਰਦੇ ਵਿੱਚ ਲਾਲਚ ਨਹੀਂ ਹੁੰਦਾ ਮਾਇਆ ਦਾ ਲਾ ਰਾਜ ਭਾਗ ਦਾ ਲਾਲਚ ਨਹੀਂ ਹੁੰਦਾ ਉਹ ਤਾਂ ਆਪਣੇ ਗੁਰੂ ਤੋਂ ਆਪਾਂ ਕੁਰਬਾਨ ਕਰ ਦਿੰਦੇ ਕੁਰਬਾਨ ਕਰਨ ਵਾਲੇ ਅੱਜ ਵੀ ਥਾਂ ਥਾਂ ਤੇ ਬੈਠੇ ਹੋਏ ਨੇ ਕੁਰਬਾਨੀ ਦੇਣ ਵਾਲੇ ਉਹ ਦੁੱਖ ਮਹਿਸੂਸ ਕਰਦੇ ਨੇ ਉਹਨਾਂ ਨੂੰ ਪੀੜਾ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਛੇੜਛਾੜ ਹੁੰਦੀ ਉਹ ਤਾਂ ਬਰਗਾੜੀ ਦੀ ਧਰਤੀ ਦੇ ਚੌੜੇ ਲਾ ਕੇ ਬੈਠ ਜਾਂਦੇ ਨੇ ਸਾਡੇ ਗੁਰੂ ਦੇ ਅਪਮਾਨ ਕਰਨ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟੋ ਔਰ ਬਿਨਾਂ ਗੁਨਾਹ ਤੋਂ ਜਿਨ੍ਹਾਂ ਨੂੰ ਗੁਰਤਾਂ ਤੋਂ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਉਹਨਾਂ ਨੂੰ ਰਿਹਾ ਕਰਕੇ ਆਪਣਾ ਪਰਿਵਾਰਾਂ ਵਿੱਚ ਆਉਣ ਦਿੱਤਾ ਜਾਵੇ ਸਤਿਕਾਰ ਜੋ ਖਾਲਸਾ ਜੀ ਲਾਲਚੀ ਦੇ ਸਵਾਰਥੀ ਲੋਕ ਅਕਸਰ ਇਹੋ ਜਿਹਾ ਕੋਈ ਕਰਦੇ ਬਾਬਾ ਜੀ ਨੇ ਉਹਨਾਂ ਦੀ ਅੱਖਾਂ ਉੱਤੋਂ ਲਾਲਚ ਦੀ ਪੱਟੀ ਖੋਲਣ ਵਾਸਤੇ ਆਖਿਆ ਹੋਇਆ ਸਿੱਖ ਹੋ ਕੇ ਇੱਕ ਸਾਧ ਦੇ ਡੇਰੇ ਦੇ ਚੜ੍ਹਾਈ ਕਰਨ ਲਈ ਆਇਆ ਗੈਰਾਂ ਦੇ ਆਖੇ ਲੱਗ ਕੇ ਤੁਹਾਨੂੰ ਸ਼ਰਮ ਨਾ ਆਈ ਪਰ ਜਿਹਨਾਂ ਨੇ ਹਯਾਤ ਲਾਹ ਦਿੱਤੀ ਹੋਵੇ ਜਿਹਨਾਂ ਨੂੰ ਸ਼ਰਮ ਕੋਈ ਕੀਮਤ ਨਾ ਰੱਖਦੀ ਹੋਵੇ ਸ਼ਰਮ ਤਾਂ ਉਸ ਬੰਦੇ ਨੂੰ ਹੁੰਦੀ ਜਿਹੜੇ ਸ਼ਰਮ ਦੀ ਕਦਰ ਜਾਣਦੇ ਬਾਬਾ ਵੀਰ ਸਿੰਘ ਦੀ ਸ਼ਾਨ ਵਿੱਚ ਮਾੜਾ ਬੋਲਣ ਲੱਗ ਪਏ ਲਿਹਾਜ਼ ਨਹੀਂ ਹੋਵੇਗਾ ਸਾਡਾ ਤੇਰਾ ਤੋਪਾਂ ਦੇ ਗੋਲੇ ਮਾਰ ਮਾਰ ਕੇ ਤੇਰੇ ਡੇਰੇ ਨੂੰ ਢਾਹ ਢੇਰੀ ਕਰ ਦਿੱਤਾ ਜਾਵੇਗਾ ਜਦੋਂ ਇਹ ਸ਼ਬਦ ਆਪਣੀ ਚੰਦਰੀ ਜ਼ਬਾਨ ਤੋਂ ਬਾਗ ਸਿੰਘ ਮੂੜੀ ਵਾਲੇ ਤੇ ਗੁਲਾਬ ਸਿੰਘ ਕਲਕੱਤੀਏ ਦੇ ਆਖੇ ਬਾਬਾ ਵੀਰ ਸਿੰਘ ਦੇ ਨਜ਼ਦੀਕ ਬੈਠੇ ਸਨ ਸਰਦਾਰ ਆਦਰ ਸਿੰਘ ਸੰਧਾ ਵਾਲੇ ਤਲਵਾਰ ਦੇ ਮੁੱਠੇ ਤੇ ਹੱਥ ਗਿਆ ਭਵਾਂ ਤਣੀਆਂ ਗਈਆਂ ਮੱਥੇ ਤੇ ਚੂੜੀਆਂ ਪੈ ਗਈਆਂ ਉੱਠ ਕੇ ਖਲੋ ਕੇ ਸਰਕਾਰ ਦੇ ਡੋਗਰਿਆਂ ਨੂੰ ਸਰਕਾਰ ਦੇ ਦਰਿੰਦਿਆਂ ਨੂੰ ਸਰਕਾਰ ਦੇ ਕਰਿੰਦਿਆਂ ਨੂੰ ਲਾਲਚੀ ਦੇ ਸਵਾਰਥੀ ਗੁਲਾਬ ਸਿੰਘ ਦੇ ਬਾਗ ਸਿੰਘ ਨੂੰ ਵਿਖਾ ਲੋ ਕੇ ਸਰਦਾਰ ਆਦਰ ਸਿੰਘ ਪਾ ਕੇ ਮੱਥੇ ਤੇ ਚੂੜੀਆਂ Thank you.
ਗੁਲਾਬ ਸਿੰਘ ਦੀ ਚੰਦਰੀ ਜ਼ਬਾਨ ਤੋਂ ਬਾਬਾ ਜੀ ਦੇ ਪਰਥਾਏ ਮਾੜੇ ਸ਼ਬਦ ਸੁਣ ਕੇ ਸਰਦਾਰ ਅਤਰ ਸਿੰਘ ਸੰਧਾਵਾਲੀ ਨੇ ਤਲਵਾਰ ਧੋਤੀ ਔਰ ਤਲਵਾਰ ਧੋ ਕੇ ਆਖਿਆ ਜੇ ਤੁਹਾਡੇ ਵਿੱਚ ਜੁਰਤ ਹੈ ਤੇ ਗ੍ਰਿਫਤਾਰ ਕਰਕੇ ਵਿਖਾਓ। ਜਦੋਂ ਵੇਖਿਆ ਕੋਈ ਸ਼ੇਰ ਗਰਜ ਪਿਆ, ਬਾਬਾ ਜੀ ਦੇ ਡੇਰੇ ਵਿੱਚੋਂ ਅੱਡੀਆਂ ਨੂੰ ਥੁੱਕ ਲਾ ਕੇ ਦੌੜਨਾ ਸ਼ੁਰੂ ਕਰ ਦਿੱਤਾ। ਡੇਰੇ ਦੇ ਬਾਹਰ ਘੋੜੇ ਖੜੇ ਕੀਤੇ ਸੀ, ਘੋੜੇ ਦੇ ਘੋੜਿਆਂ ਤੇ ਸਵਾਰ ਹੋ ਕੇ ਫੌਜਾਂ ਨੂੰ ਦੱਸਣ ਲਈ ਵਾਪਸੀ ਪਾ ਕੇ ਘੋੜੇ ਛੇੜ ਲੱਗੇ ਤੇ ਸਰਦਾਰ ਅਤਰ ਸਿੰਘ ਸੰਧਾਵਾਲੀ ਨੇ ਇੱਕ ਇੱਕ ਗੋਲੀ ਦੋਵਾਂ ਨੂੰ ਬਖਸ਼ ਦਿੱਤੀ। ਦੋਵੇਂ ਮਾਰੇ ਗਏ। ਗੋਲੀਆਂ ਦੀ ਆਵਾਜ਼ ਜਨਰਲ ਲਾਭ ਸਿੰਘ ਦੇ ਕੰਨਾਂ ਵਿੱਚ ਪਈ, ਜਿਹੜਾ ਹੀਰਾ ਸਿੰਘ ਦਾ ਭੇਜਿਆ ਹੋਇਆ ਸਰਦਾਰਾਂ ਦੇ ਡੋਗਰਿਆਂ ਦੀ ਪਲਟਣ ਨੂੰ ਨਾਲ ਲੈ ਕੇ ਬਾਬਾ ਜੀ ਦੇ ਡੇਰੇ ਤੇ ਚੜ੍ਹਾਈ ਕਰ ਰਿਹਾ। 27 ਸਾਲ 1843 ਈਸਵੀ 7 ਮਈ ਅਜੇ ਸੂਰਜ ਥੋੜ੍ਹਾ ਜਿਹਾ ਉਤਾ ਹੋਇਆ ਸੀ। ਸਿੰਘ ਸਾਹਿਬ ਬਾਬਾ ਵੀਰ ਸਿੰਘ ਸਾਹਿਬ ਦੀ ਨਿਰੰਗਾਬਾਦੀ ਮਹਾਨ ਮਹਾਂਪੁਰਸ਼ ਦਇਆਵਾਨ ਸਤਿਗੁਰੂ ਦੇ ਪਿਆਰੇ ਸਿੱਖ, ਜਿਨ੍ਹਾਂ ਦੇ ਦੇਹ ਵਿੱਚ ਹਰ ਮਨੁੱਖ ਨਾਲ ਮੁਹੱਬਤ ਤੇ ਪਿਆਰ ਸੀ, ਜਿਨ੍ਹਾਂ ਦੇ ਲੰਗਰ ਵਿੱਚੋਂ ਹਰ ਧਰਮ ਦਾ ਪ੍ਰਾਣੀ ਭੋਜਨ ਛਕ ਸਕਦਾ ਸੀ। ਨਰਦਈ ਲਾਲ ਸਿੰਘ ਡੋਗਰੇ ਨੇ ਹੁਕਮ ਕੀਤਾ, ਸਾਡੇ ਤੋਂ ਵਕੀਲ ਬਾਬਾ ਜੀ ਨੇ ਸਿੱਖਾਂ ਨੇ ਮਾਰ ਦਿੱਤੇ ਨੇ, ਤੋਪਾਂ ਦੀਆਂ ਬੈਰਲਾਂ ਉਧਰ ਕਰਕੇ ਤੇ ਗੋਲੀਆਂ ਦੀਆਂ ਬੈਰਲਾਂ ਉਧਰ ਕਰਕੇ ਡੇਰੇ ਤੇ ਹਮਲਾ ਬੋਲ ਦਿੱਤਾ ਜਾਵੇ। ਆਓ ਜਰਾ ਵੇਖੀਏ ਇੱਕ ਸੰਤ ਦੇ ਡੇਰੇ ਉੱਤੇ ਖਾਲਸਾ ਫੌਜਾਂ ਕਿਵੇਂ ਹਮਲਾ ਕਰਕੇ ਬਾਬਾ ਜੀ ਨੇ ਸਿੱਖਾਂ ਦੀ ਸ਼ਹਾਦਤ ਕਰਦੀਆਂ ਨੇ। ਇਹ ਫੌਜਾਂ ਜਿਨ੍ਹਾਂ ਦਾ ਦਰਾ ਖੈਬਰ ਵਾਲੇ ਜਕਾਰਿਆਂ ਦੀ ਗੂੰਜ ਨਾਲ ਗਜਨੀ ਦੇ ਪਹਾੜ ਗੂੰਜ ਉੱਠਦੇ ਸਨ, ਅੱਜ ਇੱਕ ਸੰਤ ਦੇ ਡੇਰੇ ਤੇ ਹਮਲਾਵਰ ਬਣ ਕੇ ਹਮਲਾ ਕਰ ਰਹੀਆਂ ਨੇ। ਦੇਖੋ ਜਰਾ ਬਾਬਾ ਜੀ ਜਿਨ੍ਹਾਂ ਦੀ ਬਾਂਹ ਫੜੀ ਸੀ ਉਹਨਾਂ ਦੀ ਖਾਤਰ ਕੁਰਬਾਨੀ ਕਿਵੇਂ ਦੇ ਰਹੇ ਨੇ, ਇਹਨਾਂ ਸ਼ਬਦਾਂ ਰਾਹੀਂ ਕਿਉਂ ਅੱਜ
इज्जत का डिगरा धरती वर्गा हो। धरती का सुभा है गुरु अर्जन देव महाराज जी सुखमनी साहब जिक्र करते हैं, ज्यों बसता कू खुद है कू चंदन ले। लोग धरती को खोद के टोए बना के मैला करते, धरती गिला नहीं करता। धरती से कोई चंदन की लेप करे तो धरती प्रसार नहीं होगी। परमात्मा साधु का जिगरा इस तरह का होंगे, वो अगे कोई हजार डालर मत्था टेक जाए वो खुशी में नहीं आता। वो सामने वो 1500 डालर चुके लै रहा है, उन्होंने कोई गिला नहीं, इतराज नहीं। संत की परिभाषा महाराज जी ने सुखमनी साहब जिक्र की, पर यह याद रखनी बड़ी लाजमी है। नकल बहुत है पंजाब की धरती से, हिंदुस्तान में कितने होर भी। गुरु अर्जन देव सच्चे पातशाह महाराज ने जिहड़े संत की गल सुखमनी साहब की है पहले ने, महाराज कृपा करनी इन्हों की गिनती वाध करता। तो बाबा वीर सिंह साहब भी उन्होंने संतों तोपां दे गोले चलते हो, गोलियां की कड़कड़ की आवाज आती हो, मौत सामने खड़ी दिसे तो चौंकड़ा मार के मौत तो बेखौफ होकर वाहगुरु की याद भी जोड़ना कि बाबा वीर सिंह के सिर चाहिए। तोपां दे गोले कोई तो डेरे के उत्तों की लंघे, दरिया सतलुज जाते हैं, छलां पैदा होकर किनारे खोर रही ने, कुछ डेरे में डिग रहा है, पर मौत तो बेखौफ रबी बात वाली रूह सतार योग संत बाबा वीर सिंह साहब जी चौंकड़ा मार के बैठे हुए वाहगुरु की याद भी जोड़। गोलियां वज के कीर्तन करने वाले सिंह शहीद हो गए। 8 सिंह महाराज गुरु ग्रंथ साहब महाराज उत्ते चौर करने वाले गोलियों का शिकार हो गए। अनेक जानवर मारे गए, पशु मारे गए, जिहड़े डेरे विच बाबा जी ने रखे सन मझां ते गावां, कुछ रसे तला के दौड़ गए, उन्होंने जिंदगी भज गई। अनेक प्राणी शहादत का जाम पी गए। कंवर कश्मीरा सिंह ते अदर सिंह संधा वालिया मैदाने जंगे जूझ के शहादत का जाम पी गए। बाबा वीर सिंह के पट में तोप का गोला आके वजा पट में, पर संत की बिरती फिर भी ना वह खेड़ सकया। परमेश्वर नाल लिख लगी सी शरीर को जरा देना महसूस नहीं होया भी पट में तोप का गोला वजा। 18 गोलियां छूकदियां हुई बाबा जी के शरीर में पार लंघियां, जिसम शानी हो गया। गुरु कलगी वाले पातशाह महाराज का प्यारा सिख गुरु गोबिंद सिंह महाराज की गोद भी जाग रहा। संत जिन्हां की बांह फड़ी सी उन्हां की खातर अपनी जिंदगी का बलिदान दे के शहादत का जाम पी के संसार में अमर हो गए। ये कहानी तो बहुत लंबी है, पर साढ़े पास केवल 2 दीवान ने जिन्हों की आसरी असं थोड़े सामने भरनी है। कोशिश करांगे इस इतिहास विचों चोने शब्द थोड़े नाल सांझे करांगे अगले दीवाना विच। इत्थे निश्चित किया हुआ समा नवीन समाप्त हो चुका है। आप जी तो अग्गे मंगदे हाँ, कई भुलां करके होवांगे साड़ी झोली पा दिओ। वाहिगुरु आप सारिआं नूं नामदान ते चढ़दी कला दी दात बख्शन, आग्या बख्शो जी। वाहेगुरु जी का खालसा, वाहेगुरु जी की फतेह।